ਕੀ ਨਾਮ ਹੈ? ਮੇਰਾ ਨਾਮ ਸੰਜੇ ਗਰਗ। ਮੈਂ ਇਸ ਕਰੋਨਾ ਵਾਇਰਸ ਬਾਰੇ ਕਹਿੰਦਾ ਗਾ ਵੀ ਇਹ ਬਹੁਤ ਹੀ ਭੈੜੀ ਬਿਮਾਰੀ ਹੈ। ਇਹ ਵਾਇਰਸ ਜਿਹੜਾ ਬੜੀ ਜਲਦੀ ਫੈਲਦਾ ਇੱਕ ਦੂਜੇ ਤੋਂ। ਸਿਰਫ 15 ਸਕਿੰਟ ਦੇ ਵਿੱਚ ਇਹ ਸਰੀਰ ਦੇ ਵਿੱਚ ਹਰਕਤ ਕਰਨੀ ਸ਼ੁਰੂ ਕਰ ਦਿੰਦਾ ਗਾ। ਵੈਸੇ ਬਿਮਾਰੀ ਬਾਹਰ ਤੋਂ ਆਈ ਹੈ, ਇਹ ਸਾਰਿਆਂ ਨੂੰ ਇਹੀ ਅਪੀਲ ਕਰਦਾ ਮੈਂ, ਜਿਹੜੇ ਬੰਦੇ ਬਾਹਰ ਤੋਂ ਵੀ ਆ ਰਹੇ ਨੇਗੇ ਵੀ ਉਹ ਲੁਕ ਛੁਪ ਕੇ ਨਾ ਬੈਠਣ, ਆਪਣਾ ਚੈੱਕਅਪ ਕਰਾਉਣ। ਇਹ ਬਿਮਾਰੀ ਕਿਉਂਕਿ ਆਈ ਵੀ ਬਾਹਰੋਂ ਹੀ ਆ ਇਹ, ਅਤੇ ਬਾਹਰਲੇ ਬੰਦਿਆਂ ਨੂੰ ਜ਼ਿਆਦਾ ਹੋ ਰਹੀ ਹੈ ਬਿਮਾਰੀ, ਇਹ ਉਹਨਾਂ ਤੋਂ ਹੀ ਇੰਡੀਆ ਵਿੱਚ ਫੈਲ ਰਹੀ ਆ ਇਹ। ਆਪਣਾ ਚੈੱਕਅਪ ਕਰਵਾਉਣ ਉਹ, ਅਤੇ ਆਪਣੇ ਸਾਰੇ ਲੋਕਾਂ ਦਾ ਉਹ ਭਲਾ ਕਰਨ। ਸਭ ਨੂੰ ਇਹੀ ਅਪੀਲ ਕਰਦਾ ਮੈਂ, ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਖੰਘ ਜ਼ੁਕਾਮ ਬੁਖਾਰ, ਤਾਂ ਆਪਣਾ ਚੈੱਕਅਪ ਕਰਵਾਉਣ ਜਲਦੀ ਤੋਂ ਜਲਦੀ ਉਹ ਸਰਕਾਰੀ ਹਸਪਤਾਲਾਂ ਵਿੱਚ, ਅਤੇ ਉੱਥੇ ਸਾਰੇ ਟ੍ਰੀਟਮੈਂਟ ਦਾ ਸਾਰਾ ਇਲਾਜ ਹੈਗਾ ਗਾ। ਲੁਕ ਛੁਪ ਕੇ ਬੈਠਣ ਨਾਲ ਬਿਮਾਰੀ ਜ਼ਿਆਦਾ ਵਧੂਗੀ। ਇਹ ਬਹੁਤ ਬਹੁਤ ਵਧੀਆ ਚੀਜ਼ ਹੈ ਜੀ, ਕਿਉਂਕਿ ਜਿਹੜਾ ਵਾਇਰਸ ਆ ਇਹ ਵਾਇਰਸ 12 ਘੰਟੇ ਤੱਕ ਹੀ ਰਹਿ ਸਕਦਾ ਹੈਗਾ ਗਾ, ਅਤੇ ਜਿਹੜਾ ਕਰਫਿਊ ਆ ਉਹ 14 ਘੰਟੇ ਦਾ ਕਰਫਿਊ ਆ। ਇਸ ਕਰਕੇ ਆਪਾਂ ਇੱਕ ਦੂਜੇ ਨੂੰ ਮਿਲਾਂਗੇ ਨਹੀਂ, ਕਿਤੇ ਟੱਚ ਨਹੀਂ ਕਰਾਂਗੇ ਕਿਸੇ ਪਾਸੇ, ਤਾਂ ਉਹ ਵਾਇਰਸ ਉੱਥੇ ਖਤਮ ਹੋ ਜੂਗਾ। ਇਹ ਜਿਹੜੀ ਚੈਨ ਆ ਰੁਕ ਜੂਗੀ ਚੈਨ, ਇਹ ਬਹੁਤ ਵਧੀਆ ਉਪਰਾਲਾ। ਕੁਛ ਲੋਕ ਸਮਝਦੇ ਨੇ ਸ਼ਾਇਦ, ਪਤਾ ਨਹੀਂ ਵੀ ਇੱਕ ਦਿਨ ਦੇ ਕਰਫਿਊ ਨਾਲ ਕੀ ਹੋ ਜੂਗਾ, ਪਰ ਬਟ ਇਹਦੀ ਗੱਲ ਇਹ ਹੈ ਵੀ ਇਹ 12 ਘੰਟੇ ਹੀ ਐਕਟਿਵ ਰਹਿੰਦਾ ਗਾ ਜਿਹੜਾ ਵਾਇਰਸ ਆ ਇਹ, ਅਤੇ ਇਸ ਕਰਕੇ ਵੀ ਇਹ ਚੈਨ ਰੁਕ ਜੂਗੀ ਤਾਂ ਬਹੁਤ ਲੋਕਾਂ ਦੀ ਬਹੁਤ ਹੀ ਬੱਚਤ ਹੋ ਜੂਗੀ। ਪਰਮੇਸ਼ਵਰ ਸ਼ਰਮਾ, ਜੋ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਬਿਮਾਰੀ ਚੱਲ ਰਹੀ ਹੈ, ਉਹ ਆਪਣੇ ਦੇਸ਼ 'ਚ ਵੀ ਫੈਲੇ ਨਾ, ਇਸ ਕਰਕੇ ਸਾਡੀ ਸੰਸਥਾ ਜੈ ਸ਼੍ਰੀ ਮਾਂ ਨੈਣਾ ਦੇਵੀ ਵੈਲਫੇਅਰ ਸੁਸਾਇਟੀ ਅਤੇ ਹੁਣ ਮਾਂ ਧਾਮ ਸੇਵਾ ਸੁਸਾਇਟੀ ਵੱਲੋਂ ਜੋ ਮਾਸਕਾਂ ਦੀ ਬਹੁਤ ਕਮੀ ਆ ਰਹੀ ਹੈ ਅਤੇ ਆਪਣੇ ਦੇਸ਼ ਦੇ ਵਿੱਚ, ਸੋ ਉਹ ਮਾਸਕਾਂ ਨੂੰ ਦੇਖਦੇ ਅਸੀਂ ਦੋਵੇਂ ਸੁਸਾਇਟੀਆਂ ਵੱਲੋਂ ਆਉਂਦੇ ਜਾਂਦੇ ਰਾਹੀਆਂ ਨੂੰ ਅਸੀਂ ਮਾਸਕ ਦੇ ਰਹੇ ਹਾਂ। ਅਤੇ ਕੱਲ੍ਹ ਨੂੰ 22 ਤਰੀਕ ਨੂੰ ਜੋ ਮੋਦੀ ਜੀ ਨੇ ਇੱਕ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਕੱਲ੍ਹ ਨੂੰ ਜਨਤ ਕਰਫਿਊ ਲੱਗਿਆ ਜਾਵੇ, ਉਹਦੇ ਨਾਲ ਅਸੀਂ ਸਾਰੇ ਸਹਿਮਤ ਹਾਂ ਅਤੇ ਪੂਰਾ ਸਹਿਯੋਗ ਦੇਣ ਦੀ ਅਸੀਂ, ਕਿਉਂਕਿ ਸਾਡਾ ਪਹਿਲੀ ਨਾਰਾ ਮਾਨਵ ਸੇਵਾ ਧਰਮ ਹਮਾਰਾ, ਸੋ ਇਸ ਕਰਕੇ ਅਸੀਂ ਸਾਰੇ ਹੀ ਸਮਰਥਨ ਦਿੰਦੇ ਹਾਂ ਇਸ ਕੰਮ ਦੇ ਵਿੱਚ। ਵੱਧ ਚੜ੍ਹ ਕੇ ਸਾਰਿਆਂ ਨੂੰ ਇਹੀ ਦੇਸ਼ ਵਾਸੀਆਂ ਨੂੰ ਬੇਨਤੀ ਕਰਾਂਗਾ, ਸਾਡੀ ਨੈਣਾ ਦੇਵੀ ਸੰਕੀਰਤਨ ਮੰਡਲ ਅਤੇ ਲਹਿਰਾਂ ਨਿਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਕੱਲ੍ਹ ਨੂੰ ਕੋਈ ਬਾਹਰ ਨਾ ਨਿਕਲੇ, ਆਪਣੇ ਘਰਾਂ ਦੇ ਵਿੱਚ ਬੈਠਣ, ਅਤੇ ਜਿੰਨਾ ਵੀ ਹੋ ਸਕਦਾ ਅੱਗੇ ਸਭ ਨੂੰ ਇਹ ਸਿੱਖਿਆ ਦੇਣ ਵੀ ਕੱਲ੍ਹ ਨੂੰ ਕਿਸੇ ਨੇ ਬਾਹਰ ਨਹੀਂ ਆਉਣਾ, ਅਤੇ ਇਹ ਤਾਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਉਹ ਕੰਟਰੋਲ ਕਰਨ, ਕਿਉਂਕਿ ਇੱਕ ਦੂਜੇ ਨਾਲ ਹੀ ਲਾਗ ਦੀ ਬਿਮਾਰੀ ਜਿਵੇਂ ਚੱਲੀ ਹੈ, ਕੋਰੋਨਾ ਵਾਇਰਸ ਹੈ, ਇਹ ਲਾਗ ਦੀ ਬਿਮਾਰੀ ਇੱਕ ਦੂਜੇ ਤੋਂ ਹੁੰਦਾ, ਸੋ ਘੱਟ ਤੋਂ ਘੱਟ ਮਿਲਿਆ ਜਾਵੇ, ਜੋ ਵੀ ਮਿਲਦੇ ਆ ਤਾਂ ਦੂਰੀ 'ਤੇ ਆਪਾਂ ਨੂੰ ਰੱਖਿਆ ਜਾਵੇ ਅਤੇ ਮਾਸਕ ਪਹਿਨਿਆ ਜਾਵੇ। ਸੋ ਮੈਂ ਸਾਰੇ ਦੇਸ਼ ਵਾਸੀਆਂ ਨੂੰ, ਸਾਡੇ ਇੰਡੀਆ ਦੇ ਭਾਰਤ ਦੇ ਵਾਸੀਆਂ ਨੂੰ ਕਹਿ ਰਿਹਾ ਕਿ ਆਪਣਾ ਧਿਆਨ ਰੱਖੋ, ਖੁਸ਼ ਰਹੋ। ਮੈਂ ਤਰਸੇਮ ਖੱਦਰ ਭੰਡਾਰ, ਵਾਈਸ ਪ੍ਰਧਾਨ ਅਗਰਵਾਲ ਸਭਾ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਲਹਿਰਾ ਗੱਗਾ, ਅਤੇ ਮੈਂ ਆਪਣਾ ਮੋਦੀ ਜੀ ਨੇ ਜੋ ਵੀ ਆਪਣਾ ਉਪਰਾਲਾ ਕੀਤਾ ਹਿੰਦੁਸਤਾਨ 'ਚ ਬਹੁਤ ਵਧੀਆ ਕੀਤਾ। 22 ਮਾਰਚ ਨੂੰ ਸਵੇਰੇ ਸੱਤ ਵਜੇ ਤੋਂ ਲੱਗ ਕੇ 9 ਵਜੇ ਤੱਕ ਲੋਕਾਂ ਨੇ ਆਪਦੇ ਘਰਾਂ 'ਚ ਰਹਿਣਾ ਹੈਗਾ, ਅਤੇ ਬਹੁਤ ਚੰਗੀ ਗੱਲ ਆ ਜੇ ਆਪਾਂ ਆਪਦੇ ਘਰਾਂ 'ਚੋਂ ਅਤੇ ਕਰੋਨਾ ਵਾਇਰਸ ਭਜਾਵਾਂਗੇ ਤਾਂ ਆਪਣਾ ਬਾਹਰ ਵੀ ਭੱਜੂਗਾ, ਤਾਂ ਇੱਕ ਦੂਜੇ ਤੋਂ ਦੂਰ ਭੱਜੂਗਾ। ਮੈਂ ਲੋਕਾਂ ਨੂੰ ਅਪੀਲ ਕਰਦਾ, ਹਿੰਦੁਸਤਾਨ ਦੇ ਵਾਸੀਆਂ ਨੂੰ ਅਪੀਲ ਕਰਦਾ, ਜੋ ਮੋਦੀ ਜੀ ਨੇ ਕਿਹਾ ਉਹ ਸੱਚ ਕਿਹਾ, ਉਸ ਤੋਂ ਬਚੋ। ਜੋ ਆਪਣਾ ਕਹਿਣ ਦਾ ਮਤਲਬ ਦਾ ਉਪਰਾਲਾ ਕਰ ਲਾਂਗੇ ਤਾਂ ਦੂਜੇ ਭਾਈਆਂ ਦਾ ਵੀ ਉਪਰਾਲਾ ਹੋਊਗਾ। ਕੀ ਨਾਮ ਹੈ? ਹਰਦੀਪ ਸਿੰਘ ਜੀ, ਸਟੈਂਡ ਇੰਚਾਰਜ ਲਹਿਰਾ ਜੀ। ਸਾਡੀ ਵੀ ਲੋਕ PRT ਤਕਰੀਬਨ 20 ਤਰੀਕ ਨੂੰ ਐਲਾਨ ਕੀਤਾ ਸੀ ਗੱਡੀਆਂ ਬੰਦ ਦਾ,
ਤਕਰੀਬਨ ਲਗਭਗ ਸਾਰੀਆਂ ਗੱਡੀਆਂ ਹੀ ਬੰਦ ਹਨ ਅਤੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਵਿੱਚ ਰਹਿ ਕੇ ਇਸ ਬਿਮਾਰੀ ਤੋਂ ਜਿੰਨਾ ਹੋ ਸਕੇ ਤਾਂ ਬਚਿਆ ਜਾ ਸਕੇ। ਕੋਈ ਸਾਨੂੰ ਸਰਕਾਰ ਨੇ ਟਾਈਮ ਦਿੱਤਾ ਵੀ ਕਿੰਨੇ ਦਿਨਾਂ ਲਈ ਬੰਦ ਹੈ ਕਿ ਅਗਲੇ ਹੁਕਮ ਨਹੀਂ? ਅਗਲੇ ਹੁਕਮਾਂ ਤੱਕ ਬੰਦ ਨੇ, ਲਗਭਗ ਕੁਛ ਕੁ ਬੱਸਾਂ ਚੱਲਦੀਆਂ ਨੇ, ਕੁਛ ਕੁ ਬੱਸਾਂ ਬੰਦ ਨੇ, ਪ੍ਰਾਈਵੇਟ ਤਕਰੀਬਨ ਸਾਰੀ ਬੰਦ ਨੇ ਅਤੇ ਸਰਕਾਰੀ ਗੱਡੀਆਂ ਕੁਛ ਕੁ ਚੱਲਦੀਆਂ ਨੇ, ਕੁਛ ਕੁ ਬੰਦ ਨੇ। ਸਾਡੇ ਵੱਲੋਂ ਸਪੀਕਰਾਂ 'ਚ ਅਲੋਸਮੈਂਟ ਕਰਾਈ ਜਾ ਰਹੀ ਹੈ ਅਤੇ ਸ਼ਹਿਰ 'ਚ ਵੀ ਅਲੋਸਮੈਂਟ ਕਰਾਈ ਜਾ ਰਹੀ ਹੈ ਵੀ ਕੱਲ੍ਹ ਨੂੰ ਬਾਹਰ ਨਹੀਂ ਨਿਕਲਣਾ। ਇਹ ਜਿਹੜੀ ਭਿਆਨਕ ਬਿਮਾਰੀ ਫੈਲੀ ਹੋਈ ਹੈ, ਇਹ ਇੱਕ ਦੂਜੇ ਦੀ ਲਾਗਦੀ ਬਿਮਾਰੀ ਹੈ, ਬਚੋ। ਸਾਰਿਆਂ ਨੂੰ ਬੇਨਤੀ ਹੈ, ਮੈਂ ਆਪ ਵੈਲ ਨੈਣਾ ਦੇਵੀ ਵੈਲਫੇਅਰ ਸੋਸਾਇਟੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮਾਸਕ ਵੰਡੇ ਨੇ, ਬਹੁਤ ਸ਼ਲਾਘਾਯੋਗ ਕਦਮ ਹੈ। ਅਤੇ ਸਾਡੀ ਪੁਲਿਸ ਵੱਲੋਂ ਵੀ ਕੱਲ੍ਹ ਨੂੰ ਗਸ਼ਤ ਵਧਾਈ ਜਾਊਗੀ, ਕਿਸੇ ਨੂੰ ਬਾਹਰ ਨਿਕਲਣ ਦਾ ਨਹੀਂ ਕਿਹਾ ਜਾਊਗਾ ਵੀ ਬਾਹਰ ਨਾ ਨਿਕਲੋ। ਇਹ ਬਿਮਾਰੀ ਬਹੁਤ ਭੈੜੀ ਬਿਮਾਰੀ, ਇੱਕ ਦੂਜੇ ਤੋਂ ਲੱਗਦੀ ਹੈ, ਜਿਹਦੇ ਨਾਲ ਵੀ ਗੱਲ ਕਰਨੀ ਹੈ ਤਾਂ ਦੂਰੀ ਬਣਾ ਕੇ ਗੱਲ ਕਰੋ। ਅਤੇ ਸਾਡੇ ਵੱਲੋਂ ਵੀ ਇਸ ਸੰਬੰਧੀ ਗਸ਼ਤ ਤੇਜ਼ ਕੀਤੀ ਜਾ ਰਹੀ ਹੈ ਅਤੇ ਥਾਂ ਥਾਂ 'ਤੇ ਅਸੀਂ ਅਲੋਸਮੈਂਟ ਕਰਾਈ ਜਾ ਰਹੀ ਹੈ, ਪਿੰਡਾਂ ਵਿੱਚ ਵੀ ਅਲੋਸਮੈਂਟ ਕਰਾਈ ਜਾ ਰਹੀ ਹੈ ਵੀ ਕੱਲ੍ਹ ਨੂੰ ਬਾਹਰ ਨਹੀਂ ਨਿਕਲਣਾ ਅਤੇ ਦੂਰੀ ਬਣਾਈ ਰੱਖੋ, ਸਾਫ਼ ਸਫਾਈ ਰੱਖੋ, ਆਲਾ ਦੁਆਲਾ ਦਾ ਸਾਫ਼ ਸੁਥਰਾ ਰੱਖੋ।